टीवी ਨਾਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਜਿੱਥੇ ਕੱਲ ਭਾਰੀ ਮੀਂਹ ਤੇ ਹਨੇਰੀ ਦੇ ਕਾਰਨ ਪੰਜਾਬੀਆਂ ਨੂੰ ਰਾਹਤ ਮਿਲੀ ਪਰ ਉੱਥੇ ਹੀ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਉਹ ਪਿਛਲੇ 6 ਮਹੀਨਿਆਂ ਤੋਂ ਬਾਰਡਰਾਂ ਤੇ ਬੈਠੇ ਹੋਏ ਨੇ ਡਟੇ ਹੋਏ ਨੇ ਉੱਥੇ ਤੇ ਉਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ ਕਿ ਭਾਰੀ ਮੀਂਹ ਦੇ ਵਿੱਚ ਵੀ ਉਹ ਟਸ ਤੋਂ ਮਸ ਨਹੀਂ ਹੋਏ ਤੇ ਉਸੇ ਤਰ੍ਹਾਂ ਬਾਰਡਰ ਤੇ ਡਟੇ ਹੋਏ ਨੇ ਤੇ ਆਪਣੇ ਹੱਕਾਂ ਦੀ ਮੰਗ ਕੇਂਦਰ ਸਰਕਾਰ ਦੇ ਕੋਲੋਂ ਕਰ ਰਹੇ ਨੇ ਜੀ ਹਾਂ ਕੱਲ ਬਾਰਡਰ ਤੇ ਭਾਰੀ ਮੀਂਹ ਅਤੇ ਹਨੇਰੀ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ ਕਿ ਉਹ ਹਜੇ ਵੀ ਉੱਥੇ ਹੀ ਬਾਰਡਰਾਂ ਤੇ ਡਟੇ ਹੋਏ ਨੇ ਕੱਲ ਇੱਕ ਨੌਜਵਾਨ ਕਿਸਾਨ ਬਾਰਡਰ ਤੋਂ ਲਾਈਵ ਹੁੰਦਾ ਹੈ ਅਤੇ ਮੌਜੂਦਾ ਹਾਲਾਤ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਪਰੇਸ਼ਾਨ ਨੇ ਪਰ ਫਿਰ ਵੀ ਉਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ कि ਉਹ ਬਾਰਡਰ ਤੇ ਉਸੇ ਤਰ੍ਹਾਂ ਗਿੱਲੇ ਟੈਂਟਾਂ ਦੇ ਵਿੱਚ ਹੀ ਬੈਠੇ ਹੋਏ ਨੇ ਡਟੇ ਹੋਏ ਨੇ ਕਿਉਂਕਿ ਦੱਸਦੇ ਕਿ ਜਦੋਂ ਭਾਰੀ ਮੀਂਹ ਤੇ ਹਨੇਰੀ ਆਉਂਦੀ ਹੈ ਤਾਂ ਜਿਹੜੀ ਤਾਰਾਂ ਨੇ ਬਿਜਲੀ ਦੀਆਂ ਤਾਰਾਂ ਨੇ ਉਹ ਵੀ ਡਿੱਗ ਜਾਂਦੀਆਂ ਨੇ ਖੰਭੇ ਡਿੱਗ ਜਾਂਦੇ ਨੇ ਕਾਫੀ ਤਬਾਹੀ ਜਿਹੜੀ ਉਹ ਮਚਦੀ ਹੈ ਤੇ ਬਾਰਡਰ ਤੇ ਕੱਲ ਕਾਫੀ ਨੁਕਸਾਨ ਵੀ ਹੋਇਆ ਹੈ ਪਰ ਫਿਰ ਵੀ ਕਿਸਾਨ ਟਸ ਤੋਂ ਮਸ ਨਹੀਂ ਹੋਇਆ ਤੇ ਉੱਥੇ ਹੀ ਬੈਠੇ ਹੋਏ ਨੇ ਤੇ ਆਪਣੇ ਹੱਕਾਂ ਦੀ ਮੰਗ ਦੇ ਲਈ ਡਟੇ ਰਹਿਣਗੇ ਅੱਗੇ ਵੀ ਸੋ ਕੱਲ ਇੱਕ ਨੌਜਵਾਨ ਕਿਸਾਨ ਜਿਹੜਾ ਉਹ ਬਾਰਡਰ ਤੋਂ ਲਾਈਵ ਹੁੰਦਾ ਅਤੇ ਸਾਰੇ ਮੌਜੂਦਾ ਹਾਲਾਤ ਉੱਥੋਂ ਦੇ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਪਰੇਸ਼ਾਨੀ ਦੇ ਵਿੱਚ ਕਿਸਾਨ ਨੇ ਅਤੇ ਕਿਸ ਤਰ੍ਹਾਂ ਭਾਰੀ ਮੀਂਹ ਅਤੇ ਤੇਜ਼ ਹਨੇਰੀ ਦੇ ਵਿਚਕਾਰ ਵੀ ਉਹ ਬਾਰਡਰਾਂ ਤੇ ਬੈਠੇ ਹੋਏ ਨੇ ਅਤੇ अपने हक्कां दी मंग कर रहे ने सो असी तुहानूं तस्वीरां वी नाल दी नाल दिखाउंदे आ कि किस तरह किसान जिहड़े ने ओह भारी मीह अते जिहड़े हनेरी दे दौरान भी बॉर्डर ते बैठ के जिहड़े ने ਉਹ ਆਪਣੀ ਪਰੇਸ਼ਾਨੀ ਦਾ ਹੱਲ ਜਿਹੜਾ ਨੇ ਉਹ ਲੱਭ ਰਹੇ ਨੇ ਕਿ ਕਿਸ ਤਰ੍ਹਾਂ ਇਸ ਤੇਜ਼ ਹਨੇਰੀ ਅਤੇ ਮੀਂਹ ਤੋਂ ਬਚਿਆ ਜਾਵੇ ਸੋ ਆਓ ਤੁਹਾਨੂੰ ਅਸੀਂ ਇਹ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਲਾਈਵ ਹੋਏ ਆ ਜੀ ਇਸ ਵਕਤ ਕਰੀਬ 1.5 ਤੋਤੇ ਦਾ ਟਾਈਮ ਹੋ ਗਿਆ ਸਿੰਘੂ ਬਾਰਡਰ ਤੇ ਆ ਸੀ ਤੇ ਹੁਣ ਅੱਜ 1 ਘੰਟਾ ਪਹਿਲਾਂ ਤੋਂ ਲਗਾਤਾਰ ਪਹਿਲਾਂ ਬਹੁਤ ਹਨੇਰੀ ਤੇਜ਼ ਚੱਲੀ ਆ ਉਸ ਤੋਂ ਬਾਅਦ ਹੁਣ ਬਾਰਿਸ਼ ਤੁਸੀਂ ਵੇਖ ਸਕਦੇ ਹੋ बारिश बहुत तेज़ हो रही है ते मैं लाइव होने का इस समय का मकसद की है साडा की मैं दिखाना चाहना कि जेडे कदे ना कदे हुण भी 6 महीने बैठने के बावजूद भी किसानों नूं उन्हां दे हक नहीं मिले ते अखौती जेडे आ सूरी वर्गे जेडे मतलब घटिया किस्म के इंसान भी हजे भी कह देंदे आ कि किसान उत्थे मेला वेख रहे ने यह मेला आ के कोई महसूस करके वेखे कि इत्थे रहना इत्थे सरवाइव करना इत्थे दिन कट्टने किन्ने औखे ने आप टेंटा का हाल तुसी वेख सकते हो शायद मैं एक बारी लाइट बाल के भी विखा दिना की टेंटा का हाल है किवें टेंट उड रहे ने हाल है इत्थे आप पिछे ध्यान नाल शायद तारा डिग पईआं ने इह पिछे इस पासे भी मैं कहांगा कैमरामैन नूं इस पासे बारिश तेज़ है इस पासे आ वेखो ਕਿਵੇਂ ਦੇ ਦਿਨ ਨੇ ਇਹ ਜਿਹੜੇ ਕਿਸਾਨਾਂ ਨੂੰ ਇੱਥੇ ਕੱਟਣੇ ਪੈ ਰਹੇ ਨੇ ਲੰਗਰ ਹੈ ਧਿਆਨ ਨਾਲ ਕਿ ਮਾਤਮਾ ਸੁੱਖ ਸਕੇ ਜਿਵੇਂ ਦੇ ਅੱਜ ਹਾਲਾਤ ਸੀਗੇ ਕਿ ਸਾਰੇ ਬਾਰਡਰਾਂ 'ਤੇ ਹੀ ਸਾਰੇ ਠੀਕ ਠਾਕ ਹੋਣ ਰਾਜ਼ੀ ਖੁਸ਼ੀ ਹੋਣ ਕਿਉਂਕਿ ਅੱਜ ਜਿਹੜੇ ਹਾਲਾਤ ਇੱਥੇ ਅਸੀਂ ਵੇਖੇ ਆ ਅੱਜ ਤੋਂ ਹੁਣ ਤੋਂ ਘੰਟਾ ਪਹਿਲਾਂ ਉਹ ਹਾਲਾਤ ਬਹੁਤ ਹੀ ਖਰਾਬ ਸੀਗੇ ਵੈਸੇ ਮੈਂ ਕਾਫੀ ਜਗ੍ਹਾ ਦੇ ਉੱਤੇ ਅੰਦੋਲਨ ਦੇ ਵਿੱਚ ਫੋਨ ਕਰਕੇ ਵੀ ਪੁੱਛਿਆ ਹਾਲਤ ਸਾਰਿਆਂ ਦੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਸਾਰੇ ਕਿਤੇ ਨਾ ਕਿਤੇ ਕਹਿ ਰਹੇ ਆ ਕਿ ਅੱਜ ਦਾ ਦਿਨ ਮੁਸ਼ਕਿਲ ਦਿਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਉਹ ਹਜੇ ਚੱਲ ਰਿਹਾ ਇਹ 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 ਕਿਸਾਨਾਂ ਦੇ ਇੱਥੇ ਹਾਲਾਤ ਨੇ ਇੱਥੇ ਅੱਗੇ ਵੀ ਆਪਾਂ ਹੁਣ ਇਹ ਹੈ ਕਿ ਹਨੇਰੀ ਤੇਜ਼ ਹੈ ਟੈਂਟਾਂ ਦੇ ਨੇੜੇ ਜਾ ਕੇ ਇੱਦਾਂ ਵੀ ਡਰ ਹੈ ਕਿ ਕੁਛ ਡਿੱਗ ਨਾ ਪਵੇ ਅਤੇ ਅਸੀਂ ਨਹੀਂ ਚਾਹੁੰਦੇ ਪਰਮਾਤਮਾ ਨਾ ਕਰੇ ਐਸੀ ਕੋਈ ਘਟਨਾ ਕਿਸੇ ਨਾਲ ਵੀ ਵਾਪਰੀ ਹੋਵੇ ਬੜਾ ਧਿਆਨ ਰੱਖਣ ਵਾਲਾ ਇੱਥੇ ਤਾਰਾਂ ਡਿੱਗੀਆਂ ਨੇ ਪੈਰਾਂ ਦੇ ਵਿੱਚ ਸਮਾਨ ਖਿਲ ਰਿਹਾ ਹੋਇਆ ਅਤੇ ਜਿਹੜਾ ਹਨੇਰੇ ਕਰਕੇ ਅਸੀਂ ਸਾਰਾ ਦਿਖਾ ਵੀ ਨਹੀਂ ਸਕਦੇ ਬਾਰਿਸ਼ ਬਹੁਤ ਤੇਜ਼ ਹੈ ਕੋਸ਼ਿਸ਼ ਕਰਾਂਗੇ ਇੱਕ ਵਾਰੀ ਇੱਥੋਂ ਕਿਤੇ ਹੋਰ ਜਗ੍ਹਾ 'ਤੇ ਵੀ ਜਾ ਕੇ ਅਸੀਂ ਲਾਈਵ ਹੋਈਏ ਪਰ ਸਮਝੇ ਸਰਕਾਰ ਸਮਝੇ ਇਹ ਇਹਨਾਂ ਭਾਵਨਾਵਾਂ ਨੂੰ ਸਮਝੇ ਕਿਉਂ ਜ਼ਿੰਦਗੀਆਂ ਦਾਂ 'ਤੇ ਲਾਈਆਂ ਹੋਈਆਂ ਨੇ ਕਿਸਾਨਾਂ ਨੇ ਕੀ ਕਾਰਨ ਹੈ ਕਿਉਂ ਇਹ ਬੈਠੇ ਨੇ ਅਤੇ ਇਹ ਇਸੇ ਹੀ ਇਸੇ ਆਜ਼ਾਦ ਮੁਲਕ ਦੇ ਨਾਗਰਿਕਾਂ ਸੀ ਜਿਹੜੇ ਬੈਠੇ ਹੋਏ ਹਾਂ